देशवा पर मोहे है, शुभ कर्म ते कभो न डरू, न डरू और सोच अब चाय लड़ू, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਅਸੀਂ ਆਪ ਜੀ ਦੀ ਸੇਵਾ ਵਿੱਚ 390 ਭਾਗ ਇਸ ਪ੍ਰੋਗਰਾਮ ਦੇ ਪੇਸ਼ ਕਰ ਚੁੱਕੇ ਅਤੇ 391 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਵੇਖਦੇ ਅਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਸਾਡੇ ਜਿੰਨੇ ਵੀ ਸਵਾਲ ਹੁੰਦੇ ਹਨ, ਵੀਰ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦਾ ਜਵਾਬ ਗੁਰ ਇਤਿਹਾਸ, ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਹੀ ਦਿੱਤਾ ਜਾਵੇ। ਵੀਰ ਜੀ ਨੂੰ ਜੀ ਆਖਦੇ ਹਾਂ, ਸਵਾਗਤ ਕਰਦੇ ਹਾਂ, ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਕੁ ਐਪੀਸੋਡਾਂ ਵਿੱਚ ਅਸੀਂ ਵੀਰ ਜੀ ਇਹੀ ਗੱਲ ਕਰ ਰਹੇ ਸੀ ਕਿ ਪੰਮਾ ਪਰੋਥ ਕਿਸ ਤਰ੍ਹਾਂ ਕਿਹੜੀ ਸੋਚ ਲੈ ਕੇ ਗੁਰੂ ਘਰ ਵਿੱਚ ਆਇਆ ਅਤੇ ਉਸਨੇ ਕਿਹੜੀ ਯੋਜਨਾਵਾਂ ਉਹ ਬਣਾ ਰਿਹਾ ਹੈ। ਉਸਨੇ ਗੁਰੂ ਸਾਹਿਬ ਜੀ ਨੂੰ ਮਨਾ ਲਿਆ ਕਿ ਅਸੀਂ ਇਕੱਠੇ ਸ਼ਿਕਾਰ ਖੇਡਣ ਜਾਂਦੇ ਹਾਂ, ਉੱਧਰੋਂ ਤੁਹਾਡੇ ਇੱਧਰੋਂ ਸਿੰਘ ਜਿਹੜੇ ਸੂਰਮੇ ਉਹ ਜਾਣਗੇ ਅਤੇ ਉੱਧਰੋਂ ਸਾਡੇ ਜਿਹੜੇ ਭੀਮ ਚੰਦ ਦੇ ਜਿਹੜੇ ਚੋਣਵੇਂ ਕਹਿ ਲਈਏ ਹੈਗੇ ਸਿਪਾਹੀ ਉਹ ਆਉਣਗੇ ਅਤੇ ਆਪਸ ਵਿੱਚ ਇੱਕ ਦੂਜੇ ਨਾਲ ਜਿਹੜਾ ਆ ਫਰੈਂਡਲੀ ਮੁਕਾਬਲਾ ਕਹਿ ਲਈਏ ਜਾਂ ਆਪਸ ਵਿੱਚ ਇੱਕ ਦੂਜੇ ਦੀ ਟੈਕਨੀਕ ਕੀ ਆ, ਇੱਕ ਦੂਜੇ ਦੇ ਪੈਂਤੜੇ ਕੀ ਆ, ਉਹ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਨਾਲ ਹੀ ਨਾਲ ਵੀਰ ਜੀ ਮੇਰਾ ਇੱਕ ਛੋਟਾ ਜਿਹਾ ਹੋਰ ਸਵਾਲ ਵੀ ਕਿ ਸਿੱਖ ਤਵਾਰੀਖ ਵਿੱਚ ਜ਼ਿਕਰ ਆਉਂਦਾ ਹੈ ਕਿ ਕਲਗੀਧਰ ਪਾਤਸ਼ਾਹ ਪੁਰਾਤਨ ਹਿੰਦੂ ਅਤੇ ਬੋਧੀ ਤੀਰਥ ਜਿਹੜੇ ਰਵਾਲਸਰ ਦੇ ਮੇਲੇ ਵਿੱਚ ਵੀ ਗਏ, ਇਸ ਮੇਲੇ ਵਿੱਚ ਜਾਣ ਦਾ ਗੁਰੂ ਸਾਹਿਬ ਜੀ ਦਾ ਸਬੱਬ ਜਿਹੜਾ ਉਹ ਕਿਵੇਂ ਬਣਿਆ, ਇਹਦੇ ਬਾਰੇ ਵੀ ਸੰਗਤਾਂ ਦੇ ਨਾਲ ਜ਼ਰੂਰ ਸਾਂਝ ਪਾਇਓ। ਭੈਣੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਲ ਦੋ ਨੇ, ਸਮਾਂ ਅੱਧਾ ਘੰਟਾ। ਇੱਕ ਸਵਾਲ ਦੇ ਵਿੱਚ ਕਈ ਸਵਾਲ ਹੈ ਜੀ ਜੀ, ਔਰ ਜਿੱਦਾਂ ਕੋਈ ਇਤਿਹਾਸ ਦਾ ਬਲੇਵਾ ਆਪਾਂ ਮਿਲ ਰਹੇ ਹਾਂ। ਹਾਂਜੀ, ਚਲੋ ਕਰਦੇ ਕੋਸ਼ਿਸ਼ ਜੀ ਜੀ, ਕਰਦੇ ਕੋਈ ਜਿੰਨੀ ਹੋ ਗਈ ਗੱਲ ਉਹਨੀ ਕਰਦੇ ਹਾਂ। ਹਾਂਜੀ, ਜਿੱਥੇ ਕੋਲ ਪਿਛਲਾ ਐਪੀਸੋਡ ਛੱਡਿਆ ਸੀ ਤੁਸੀਂ, ਉੱਥੋਂ ਸਵਾਲ ਸ਼ੁਰੂ ਕੀਤਾ ਕਿ ਸਤਿਗੁਰੂ ਦੇ ਸਿੱਖ ਜੀ ਅਤੇ ਉੱਧਰੋਂ ਰਾਜਾ ਭੀਮ ਚੰਦ ਕਹਿਲੂਰੀਆ ਦੇ ਸੈਨਿਕ ਹਾਂਜੀ ਸ਼ਿਕਾਰ ਖੇਡਣ ਆਏ ਆ। ਹਾਂਜੀ, ਰਾਜਾ ਆਪ ਨਹੀਂ ਆਇਆ ਜੀ ਜੀ, ਉਹਨੇ 94 ਸੂਰਮੇ ਭੇਜੇ ਆ। ਹਾਂਜੀ, ਪਰ ਸਤਿਗੁਰੂ ਆਪ ਗਏ ਨਾਲ ਜੀ, ਕਿ ਸਤਿਗੁਰੂ ਜਿਹੜੇ ਸਤਿਗੁਰੂ ਪੰਮੇ ਪੁਰੋਹਿਤ ਦੇ ਅੰਦਰਲੀ ਬਿਰਤੀ ਨੂੰ ਜਾਣਦੇ ਸੀ। ਹਾਂਜੀ, ਔਰ ਸਤਿਗੁਰੂ ਆਪ ਨਾਲ ਗਿਆ ਅਤੇ ਜਦੋਂ ਜੰਗਲ 'ਚ ਸਤਿਗੁਰੂ ਆਪਣੇ ਚੋਣਵੇਂ ਸਿੰਘਾਂ ਦੇ ਨਾਲ ਗਿਆ ਅਤੇ ਜਦੋਂ ਉੱਧਰੋਂ ਚੋਣਵੇਂ ਸੂਰਮੇ ਮਿਲੇ ਆ ਉਹਦੇ ਭੀਮ ਚੰਦ ਕਹਿਲੂਰੀਏ ਦੇ, ਉਹਨਾਂ ਨੇ ਆ ਕੇ ਸਤਿਗੁਰੂ ਨੂੰ ਬੜੀ ਆਸਥਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਆ ਕੇ ਨਮਸਕਾਰ ਕੀਤੀ ਆ। ਹਾਂਜੀ, ਸਤਿਗੁਰੂ ਨੇ ਨਮਸਕਾਰ ਪ੍ਰਵਾਨ ਕੀਤੀ ਅਤੇ ਆਖਿਆ ਚਲੋ ਆਪਾਂ ਗਾਂ ਨੂੰ ਜੰਗਲ ਦੇ ਪਾਸੇ ਤੁਰਦੇ ਹਾਂ। ਹਾਂਜੀ, ਸਤਿਗੁਰੂ ਨੇ ਨਿਰਧਾਰਤ ਕੀਤਾ ਇੱਧਰਲੇ ਪਾਸੇ ਨੂੰ ਤੁਰਨਾ ਸੰਘਣੇ ਜੰਗਲ ਵਾਲੇ ਬੰਨੇ, ਪਰ ਜੇ ਥੋੜ੍ਹਾ ਹੀ ਗਾਂ ਗਿਆ ਸੀ ਅਤੇ ਮੋਹਰਿਓ ਦੋ ਸ਼ੇਰ ਇਕੱਠੇ ਨਿਕਲੇ। ਅੱਛਾ ਜੀ, ਮਾਰਖੋ ਰਹੇ। ਹਾਂਜੀ, ਇਹਨਾਂ ਨੇ ਦਵਾ ਦਬ ਆਪਣੀਆਂ ਬੰਦੂਕਾਂ ਸਿੱਧੀਆਂ ਕੀਤੀਆਂ ਸੈਨਿਕਾਂ ਨੇ। ਹਾਂਜੀ, ਕਮਾਨ ਦੇ ਉੱਤੇ ਤੀਰ ਚਾੜੇ ਆ। ਹਾਂਜੀ, ਸਤਿਗੁਰ ਨੇ ਵੀ ਕਮਾਨ ਦੇ ਉੱਤੇ ਤੀਰ ਚਾੜ ਲਿਆ। ਠੀਕ ਹੈ, ਪਰ ਸਤਿਗੁਰ ਨੇ ਕਮਾਨ ਉੱਤੇ ਤੀਰ ਚਾੜ ਕੇ ਨਾਲ ਆਖਿਆ ਵੀ ਕਿਸੇ ਨੇ ਗੋਲੀ ਚਲਾਉਣੀ ਨਹੀਂ, ਕਿਸੇ ਨੇ ਤੀਰ ਛੱਡਣਾ ਨਹੀਂ। ਹਾਂਜੀ, ਅਸੀਂ ਆਪਣੇ ਸਿੱਖਾਂ ਨੂੰ ਸਿਖਾਇਆ ਆ ਕਿ ਸ਼ੇਰ ਦੇ ਨਾਲ ਹੱਥੋ ਹੱਥ ਮੁਕਾਬਲਾ ਕਰਨਾ ਜੀ। ਤੇ ਉਹ ਸੂਰਮਾ ਨਿਕਲੇ ਜੀ ਜਿਹੜਾ ਸਿਰਫ ਢਾਲ ਤੇ ਕਿਰਪਾਨ ਉਹਦੇ ਕੋਲ ਹੋਵੇ, ਵਾਰ ਡੱਕਣ ਜੋਗਾ ਤੇ ਵਾਰ ਕਰਨ ਜੋਗਾ ਸੰਦ ਹੋਵੇ ਤੇ ਉਹ ਸ਼ੇਰ ਦਾ ਜਾ ਕੇ ਮੁਕਾਬਲਾ ਕਰੇ। ਠੀਕ ਹੈ, ਜਿਹੜਾ ਸ਼ੇਰ ਨਿਕਲਿਆ ਦੂਰੋਂ ਤੀਰ ਨਹੀਂ ਮਾਰਨਾ, ਦੂਰੋਂ ਤੀਰ ਨਹੀਂ ਮਾਰਨਾ ਹੈਗਾ ਜੀ, ਸ਼ੇਰ ਦੇ ਨੇੜੇ ਜਾ ਕੇ ਤਾਂ ਕਿ ਉਹਦੀ ਚੁਸਤੀ ਤੇ ਫੁਰਤੀ ਦਾ ਮੁਕਾਬਲਾ ਕੀਤਾ ਜਾ ਸਕਦਾ। ਜੰਗ ਦੇ ਮੈਦਾਨ 'ਚ ਜਿਹੜਾ ਇੱਕ ਵਾਰੀ ਸ਼ੇਰ ਦਾ ਮੁਕਾਬਲਾ ਕਰ ਲਊਗਾ ਨਾ ਜੀ, ਸ਼ਿਕਾਰ ਕਰਦਿਆਂ ਹੋਇਆ, ਉਹ ਜੰਗ ਦੇ ਮੈਦਾਨ 'ਚ ਕਦੀ ਆਹਮਣੇ ਸਾਹਮਣੇ ਦੇ ਮੁਕਾਬਲੇ ਤੋਂ ਡਰੂ ਨਹੀਂ ਜੀ। ਉਹਦੇ ਕੋਲ ਚੁਸਤੀ ਫੁਰਤੀ ਜਿੱਦਾਂ ਦੀ ਸ਼ੇਰ ਕੋਲ ਚੁਸਤੀ ਫੁਰਤੀ ਆ ਹਮਲਾ ਕਰਨ ਦੀ, ਉਹ ਪੈਂਤੜਾ ਬਲਦਾ ਸ਼ੇਰ ਜਿੰਨੀ ਛੇਤੀ, ਪਤਾ ਨਹੀਂ ਲੱਗਦਾ ਇਸੇ ਵਾਰੀ ਸ਼ੇਰ ਖਤਰਨਾਕ ਆ, ਤਾਕਤ ਨਹੀਂ ਸ਼ੇਰ ਕੋਲ ਜ਼ਿਆਦੀ, ਪਰ ਸ਼ੇਰ ਦੇ ਕੋਲੋਂ ਹਾਥੀ ਵੀ ਡਰਦਾ ਕਈ ਵਾਰੀ, ਕਿਉਂਕਿ ਉਹਦੇ 'ਚ ਇੱਕ ਚੁਸਤੀ ਅਤੇ ਫੁਰਤੀ ਬਹੁਤ ਜ਼ਿਆਦੀ ਆ, ਅਤੇ ਉਹ ਜ਼ੋਰ 'ਚ ਤਾਂ ਮੱਝ ਜਿਹੜੀ ਹੈ ਸ਼ੇਰ ਤੋਂ ਜ਼ੋਰ 'ਚ ਜ਼ਿਆਦਾ ਆ। ਹਾਂਜੀ ਹਾਂਜੀ, ਆਮ ਤੌਰ 'ਤੇ ਅੱਜ ਕੱਲ੍ਹ ਆਪਾਂ ਜਦੋਂ ਡਾਕੂਮੈਂਟਰੀਆਂ ਦੇਖਦੇ ਹਾਂ ਜੰਗਲਾਂ ਦੀਆਂ, ਤਾਂ ਉਹ ਦੇਖਦੇ ਮੱਝਾਂ ਇਕੱਠੀਆਂ ਹੋ ਕੇ ਸ਼ੇਰ ਨੂੰ ਭੜਕਾ ਭੜਕਾ ਮਾਰਦੀਆਂ, ਪਰ ਸ਼ੇਰ ਕੋਲ ਜਿਹੜੀ ਚੁਸਤੀ ਅਤੇ ਫੁਰਤੀ ਆ ਉਹਨਾਂ ਮੱਝਾਂ 'ਚੋਂ ਆਪ ਬਚ ਕੇ ਵੀ ਨਿਕਲਦਾ ਅਤੇ ਆਪ ਵਾਰ ਵੀ ਕਰਦਾ ਆ, ਇਹ ਜਿਹੜੀ ਉਹਦੀ ਉਹਦਾ ਮੁਕਾਬਲਾ ਬੰਦਾ
ਉਹਦੇ ਪੈਂਤੜੇ ਸਮਝ ਲਓ ਅੱਖ ਚ ਅੱਖ ਪਾ ਕੇ ਜਿੱਦਾਂ ਪੈਂਤੜਾ ਬਦਲਦਾ ਆ ਉਹ ਬਿਲਕੁਲ ਜੰਗੀ ਪੈਂਤੜੇ ਵਾਂਗ ਹੁੰਦਾ ਜੇ ਬਦਲਣਾ ਬੰਦਾ ਉਹਦਾ ਸਿੱਖ ਲਏ ਤਾਂ ਵਾਰ ਨਹੀਂ ਹੋ ਸਕਦਾ ਸਾਹਮਣੇ ਸੂਰਮਾ ਉੱਤੇ ਵਾਰ ਨਹੀਂ ਕਰ ਸਕਦਾ ਸੋ ਸਤਿਗੁਰੂ ਕਹਿੰਦੇ ਨੇ ਜੰਗੀ ਪੈਂਤੜਾ ਸਿੱਖਣਾ ਤੇ ਸ਼ੇਰ ਤੋਂ ਸਿੱਖੋ ਜਿੱਥੇ ਜਾਣ ਜਾ ਸਕਦੀ ਆ ਉੱਥੇ ਜਾ ਕੇ ਪੈਂਤੜੇ ਸਿੱਖੋਗੇ ਤੇ ਇੱਕਦਮ ਸਿੱਖੋਗੇ ਫਿਰ ਤੇ ਕਹਿੰਦੇ ਜਿਹੜੇ ਦੋ ਸੈਨਿਕ ਜਿਹੜੇ ਰਾਜਪੂਤ ਸੈਨਿਕ ਆ ਜਿਹੜੇ ਯੋਧੇ ਆ ਇਹ ਕਲੂਰੀਆ ਰਿਆਸ ਦੇ ਉਹ ਨਿਕਲੇ ਕਹਿੰਦੇ ਅਸੀਂ ਚੱਲਦੇ ਹਾਂ ਠੀਕ ਹੈ ਸਤਿਗੁਰੂ ਦੋਵਾਂ ਕੇ ਤੁਹਾਨੂੰ ਤੁਸੀਂ ਦੋਨੇ ਨਿਕਲੋ ਤੁਹਾਡੀ ਮਤਲਬ ਹੋਰ ਕੋਈ ਨਹੀਂ ਨਿਕਲੂਗਾ ਸੋ ਦੋਨੇ ਢਾਲ ਤੇ ਕਿਰਪਾਨ ਲੈ ਕੇ ਨਿਕਲੇ ਪਰ ਸਤਿਗੁਰੂ ਨੇ ਇਤਿਹਾਸ ਲਈ ਆਪਣੇ ਕਮਾਨ ਦੇ ਉੱਤੇ ਤੀਰ ਚਾੜੀ ਰੱਖਿਆ ਹਾਂਜੀ ਕਿ ਇਹਨਾਂ ਨੂੰ ਮਰਨ ਵੀ ਨਹੀਂ ਦੇਣਾ ਜੀ ਤੇ ਉਧਰੋਂ ਦੋਨੇ ਨਿਕਲੇ ਆ ਹੁਣ ਸ਼ੇਰ ਮੂਹਰੇ ਅੜ ਗਿਆ ਦੋਨੋਂ ਕੋਲ ਸਿਖੜਿਆ ਸ਼ੇਰ ਮੂਹਰੇ ਅੜ ਗਿਆ ਸ਼ੇਰਾਂ ਦੇ ਪੈਂਤੜੇ ਲੈ ਆ ਸ਼ੇਰਾਂ ਨੇ ਜਦੋਂ ਪੈਂਤੜੇ ਲੈ ਇਹਨਾਂ ਨੇ ਵੀ ਪੈਂਤੜੇ ਲੈ ਸ਼ੇਰ ਦੇ ਨਾਲ ਘੋਲ ਸਤਿਗੁਰੂ ਕਹਿੰਦੇ ਸਿੱਖਾਂ ਨੂੰ ਘੋਲ ਕਰਨਾ ਸਿਖਾਇਆ ਸ਼ੇਰ ਨਾਲ ਤੁਹਾਨੂੰ ਵੀ ਸਿਖਾਉਂਦੇ ਆ ਜੀ ਘੋਲ ਕਿੱਦਾਂ ਕਰੀਦਾ ਆ ਜਦੋਂ ਮੈਂ ਤਲਵਾਰ ਲੈ ਕੇ ਅੱਗੇ ਜਾ ਕੇ ਸ਼ੇਰਾਂ ਨੂੰ ਲਲਕਾਰਿਆ ਸ਼ੇਰ ਅੱਗੋਂ ਲਪਕ ਕੇ ਪੈ ਜਾਂਦਾ ਦੋਵਾਂ ਨੂੰ ਦੋਨੇ ਸ਼ੇਰ ਪੈ ਗਿਆ ਹਾਂਜੀ ਤੇ ਇਹਨਾਂ ਨੇ ਸੈਨਿਕਾਂ ਨੇ ਬੜੀ ਫੁਰਤੀ ਨਾਲ ਪਾਸਾ ਵੱਟਿਆ ਹਾਂਜੀ ਜਾਨ ਬਚਾਉਣ ਲਈ ਜਿੱਦਲੇ ਮੈਨੂੰ ਸ਼ੇਰ ਨੇ ਵਾਰ ਕੀਤਾ ਉਦੋਂ ਮੈਨੂੰ ਢਾਲ ਕਰ ਦਿੱਤੀ ਆ ਹਾਂਜੀ ਤੇ ਥੱਲੇ ਕਿਰਪਾਨ ਮਾਰੀ ਆ ਹਾਂਜੀ ਤੇ ਸ਼ੇਰ ਨੂੰ ਵਿੱਚੋਂ ਪੇਟ ਤੋਂ ਚੀਰ ਦਿੱਤਾ ਆ ਠੀਕ ਹੈ ਦੋਵਾਂ ਨੇ ਜੀ ਤੇ ਸਤਿਗੁਰੂ ਇਹਨਾਂ ਦੀ ਬਹਾਦਰੀ ਤੋਂ ਬੜੇ ਖੁਸ਼ ਹੋਏ ਆ ਕਿ ਤੁਸੀਂ ਸ਼ੇਰ ਦਾ ਮੁਕਾਬਲਾ ਕਰ ਲਿਆ ਤੇ ਸਤਿਗੁਰ ਨੇ ਇਹਨਾਂ ਨੂੰ ਆਪਣੇ ਕੋਲੋਂ ਇਨਾਮ ਦਿੱਤੇ ਆ ਠੀਕ ਹੈ ਇਹ ਭੀਮ ਚੰਦ ਦੇ ਸੈਨਿਕ ਭੀਮ ਚੰਦ ਦੇ ਸੈਨਿਕ ਨੂੰ ਸਤਿਗੁਰ ਨੇ ਇਨਾਮ ਦਿੱਤੇ ਆ ਹਾਂਜੀ ਔਰ ਸਤਿਗੁਰੂ ਇਹ ਜਿਹੜਾ ਪੰਮਾ ਪੁਰੋਹਿਤ ਜਿਹੜੀ ਗੱਲ ਕਰ ਰਿਹਾ ਸੀਗਾ ਹਾਂਜੀ ਸਤਿਗੁਰੂ ਆਪਣੇ ਕੋਲੋਂ ਨਾਮ ਦੇ ਕੇ ਜਿਹੜੀ ਪੰਮੇ ਪੁਰੋਹਿਤ ਦੀ ਚਾਲ ਸੀਗੀ ਵੀ ਜਿਹੜੇ ਸੈਨਿਕਾਂ ਦੇ ਵਿੱਚ ਇੱਕ ਦੂਜੇ ਨਾਲ ਸਿੰਘਾਂ ਨਾਲ ਨੇੜਤਾ ਕਰਕੇ ਉਹਨੂੰ ਲੜਨ ਤੋਂ ਜਾਂ ਗੱਲ ਕਰਨ ਤੋਂ ਰੋਕਿਆ ਜਾ ਸਕੇ ਸਤਿਗੁਰ ਨੇ ਇੱਕ ਤਰ੍ਹਾਂ ਦੇ ਭੀਮ ਚੰਦ ਦੇ ਜਿਹੜੇ ਸੈਨਿਕ ਸੀ ਉਹਨਾਂ ਦਾ ਮਨ ਮੋਲਿਆ ਹਾਂਜੀ ਉਹ ਸਤਿਗੁਰ ਦੇ ਪੱਖੀ ਹੋ ਗਿਆ ਇੱਦਾਂ ਕਰੋ ਔਰ ਮੈਂ ਸੱਚ ਕਰਕੇ ਇਹ ਗੱਲ ਜਾਣਿਆ ਤੁਸੀਂ ਆਮ ਬੰਦਾ ਕਦੀ ਜੰਗ ਨਹੀਂ ਚਾਹੁੰਦਾ ਹੁੰਦਾ ਆਮ ਬੰਦਾ ਕਦੀ ਲੜਾਈ ਨਹੀਂ ਚਾਹੁੰਦਾ ਦੇਸ਼ਾਂ ਦੇ ਵਿੱਚ ਰਾਜਿਆਂ ਦੀਆਂ ਖੋਟੀਆਂ ਨੀਤਾਂ ਹਾਕਮਾਂ ਦੀਆਂ ਖੋਟੀਆਂ ਨੀਤਾਂ ਹਕੂਮਤਾਂ ਦੀਆਂ ਖੋਟੀਆਂ ਨੀਤਾਂ ਜੰਗ ਦਾ ਕਾਰਨ ਬਣਦੀਆਂ ਆਮ ਨੂੰ ਕਿੱਥੇ ਮਰਨਾ ਚਾਹੁੰਦਾ ਕਿੱਥੇ ਲੜਨਾ ਚਾਹੁੰਦਾ ਕਿਸੇ ਨੂੰ ਮਾਰਨਾ ਥੋੜ੍ਹੇ ਚਾਹੁੰਦਾ ਔਰ ਸੈਨਿਕ ਨਹੀਂ ਲੜਨਾ ਚਾਹੁੰਦੇ ਵੀ ਰਾਜੇ ਕਲੂਰੀਆ ਕਰਕੇ ਲੜਦੇ ਤੇ ਅੱਜ ਸਤਿਗੁਰੂ ਨੂੰ ਜਦੋਂ ਸੈਨਿਕ ਮਿਲੇ ਆ ਸਤਿਗੁਰ ਦਾ ਉਹਨਾਂ ਨੇ ਜਦੋਂ ਦੇਖਿਆ ਵੀ ਸਤਿਗੁਰੂ ਕਿੱਡੇ ਦ੍ਰਿਸ਼ਟੀ ਵਾਲੇ ਆ ਉਹ ਸਤਿਗੁਰੂ ਜਿਹਨਾਂ ਉੱਤੇ ਅਸੀਂ ਹਮਲਾ ਕਰਕੇ ਜਾਂਦੇ ਰਹੇ ਹਾਂ ਜਿਹਨਾਂ ਦੇ ਖਿਲਾਫ਼ ਅਸੀਂ ਹਮਲੇ ਦੀ ਅਗਵਾਈ ਕਰਦੇ ਹਾਂ ਚੋਣਵੇਂ ਸੈਨਿਕ ਆਏ ਸੀਗੇ ਅਸੀਂ ਅਗਵਾਈ ਕਰਦੇ ਰਹੇ ਜਿਹਨਾਂ ਦੇ ਮਗਰ ਅਸੀਂ ਜਿਹਨਾਂ 'ਤੇ ਅਨੰਦਪੁਰ 'ਤੇ ਹਮਲੇ ਕੀਤੇ ਜਿਹਨਾਂ ਦਾ ਨਰਮੋਹਗੜ੍ਹ ਤੱਕ ਪਿੱਛਾ ਕੀਤਾ ਜਿਹਨਾਂ ਅਸੀਂ ਵਿਸਾਲੀ ਦੀ ਰਿਆਸਤ ਪਾ ਕੇ ਆਏ ਹਾਂ ਉਹ ਸਤਿਗੁਰੂ ਕਿੱਡੇ ਨਿਰਵੈਰ ਆ ਸਾਨੂੰ ਸਿਖਾ ਵੀ ਰਿਹਾ ਤੇ ਸ਼ਾਬਾਸ਼ ਵੀ ਦੇ ਰਿਹਾ ਤੇ ਸਾਨੂੰ ਇਨਾਮ ਵੀ ਦੇ ਰਿਹਾ ਉਸ ਸਤਿਗੁਰ ਦੇ ਸ਼ਰਧਾਲੂ ਹੋ ਗਿਆ ਇਸੇ ਕਰਕੇ ਜਿਹੜੀ ਗੱਲ ਔਰ ਸਤਿਗੁਰ ਦੇ ਇਹਦੇ ਗੱਲ ਦੇ ਸਾਰਾ ਕੁਛ ਕਰਨ ਦੇ ਵਿੱਚ ਸਤਿਗੁਰ ਦਾ ਕੋਈ ਚੇਚ ਨਹੀਂ ਸਤਿਗੁਰ ਨੇ ਸਹਿਜ 'ਚ ਵੀ ਇੱਦਾਂ ਹੀ ਕਰਨਾ ਸੀ ਕੋਈ ਵੀ ਬਹਾਦਰੀ ਦਿਖਾਉਂਦਾ ਭਾਵੇਂ ਇਹ ਪੰਮਾ ਪੁਰੋਹਿਤ ਵਜ਼ੀਰ ਨਾਮ ਹੀ ਹੁੰਦਾ ਜੇ ਕੋਈ ਬਹਾਦਰੀ ਦਿਖਾਉਂਦਾ ਭਾਵੇਂ ਆਪਣਾ ਹੋਵੇ ਭਾਵੇਂ ਬਗਾਨਾ ਹੋਵੇ ਸਤਿਗੁਰ ਲਈ ਕੋਈ ਆਪਣਾ ਬਗਾਨਾ ਹੈ ਨਹੀਂ ਸਤਿਗੁਰ ਨੇ ਬਹਾਦਰਾਂ ਦਾ ਕਦਰ ਕਰਨਾ ਸਤਿਕਾਰ ਕਰਨਾ ਹੀ ਕਰਨਾ ਸੀ ਬਹਾਦਰਾਂ ਦੇ ਕਦਰਦਾਨ ਸਨ ਸਤਿਗੁਰੂ ਸਤਿਗੁਰ ਨੇ ਮਾਣ ਦੇਣਾ ਸੀ ਤੇ ਸਤਿਗੁਰ ਦਾ ਜਿਹੜਾ ਸਹਿਜ ਦਿੱਤਾ ਹੋਇਆ ਮਾਣ ਸੀ ਇਹ ਅਚੇਜ ਹੋ ਗਿਆ ਕਿ ਦੇਖੋ ਜਿਹੜੇ ਸੈਨ ਕਿਸੇ ਟਾਈਮ ਚੜ੍ਹ ਕੇ ਆਏ ਸੀ ਉਹਨਾਂ ਨੂੰ ਵੀ ਸਤਿਗੁਰੂ ਇਨਾਮ ਦੇ ਰਿਹਾ ਅਤੇ ਉਹ ਜਿਹੜੇ ਸੀ ਮੋਹੇਗਾ ਸਤਿਗੁਰ ਦੇ ਉੱਤੇ ਹੁਣ ਭੀ ਜੇ ਪੰਮਾ ਪੁਰੋਹਿਤ ਵੀ ਇਸ ਗੱਲ ਨੂੰ ਤਾਂ ਸਮਝਦਾ ਆ ਕਿ ਸਤਿਗੁਰ ਨੇ ਸਹਿਜ 'ਚ ਵਿਚਰਿਆ ਮੈਂ ਅਚੇਚ ਵੀ ਕੀਤਾ ਪਰ ਤੋਂ ਕੋਈ ਗੱਲ ਬਣੀ ਨਮਸਕਾਰ ਦੇ ਲੈ ਕੇ ਵੀ ਆਇਆ ਪਰ ਸਤਿਗੁਰ ਨੇ ਸਹਿਜ 'ਚ ਵਿਚਰਦਿਆਂ ਹੋਇਆਂ ਸਾਡੇ ਸੈਨਿਕਾਂ ਦੀ ਮਨਮੋਲਾ ਉਹ ਦੇਖੋ ਗੁਰੂ ਸਾਹਿਬ ਦੀ ਸਿਫਤ ਕਰ ਰਿਹਾ ਹਾਂਜੀ ਆਪਣੇ ਰਾਜ ਦੀ ਸਿਫਤ ਨਹੀਂ ਕਰ ਰਿਹਾ ਉਹ ਗੁਰੂ ਸਾਹਿਬ ਦੀ ਸਿਫਤ ਕਰ ਰਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਦਾਸ ਕਰਤਾ ਵੱਖਰਾ ਸਾਨੂੰ ਸ਼ੇਰ ਨਾਲ ਘੋਲ ਕਰਨਾ ਵੀ ਸਿਖਾਤਾ ਹੈਗਾ ਸ਼ੇਰ ਦੇ ਮੂਹਰੇ ਅੜਨਾ ਵੀ ਸਿਖਾਤਾ ਸਾਡੀ ਬਹਾਦਰੀ ਕਿ ਉਹੀ ਸ਼ੇਰ ਮਾਰ ਦਿੱਤੇ ਆ ਸਾਡੀ ਬਹਾਦਰੀ ਨੂੰ ਇੱਕ ਤਰ੍ਹਾਂ ਦਾ ਵਡਿਆ ਵੀ ਇਨਾਮ ਵੀ ਦਿੱਤਾ ਇਹ ਆ ਸਤਿਗੁਰ ਹੁਣ ਪ੍ਰੇਮ ਜਿਹੜਾ ਇਹ ਪੰਮਾ ਪੁਰੋਹਿਤ ਆ ਇਹ ਬੇਸ਼ੱਕ ਉੱਪਰੋਂ ਪ੍ਰੇਮ ਪਿਆਰ ਬਣਾਈ ਰੱਖਦਾ ਹੋਇਆ ਮੈਂ ਪਹਿਲਾਂ ਵਾਰ ਵਾਰ ਇਹ ਗੱਲ ਕਹਿ ਰਿਹਾ ਪਰ ਅੰਦਰ ਅਜੇ ਵੀ ਉਹ ਕੁਛ ਹੀ ਆ ਮਨ 'ਚ ਕਵਟਿਆ ਹਾਂਜੀ ਪਰ ਉਹ ਦੋਹਰੀ ਜ਼ਿੰਦਗੀ ਜਿਉਣੀ ਜਾਣਦਾ ਆ ਹਾਂਜੀ ਉਹਨੇ ਜੋਈ ਜ਼ਿੰਦਗੀ ਜਿਉਣੀ ਸਿੱਖੀ ਹੋਈ ਆ ਅਤੇ ਉਹ ਕਹਿੰਦਾ ਸਤਿਗੁਰੂ ਨੂੰ ਸਤਿਗੁਰੂ ਜੀ ਦੇਖਿਆ ਅੱਜ ਹੁਣ ਇੱਕ ਘੋਲ ਖੇਲ ਕੀਤਾ ਆ ਹਾਂਜੀ ਉਹ ਸੈਨਿਕ ਤੁਹਾਡੇ ਕਿੰਨੇ ਸ਼ਰਧਾਲੂ ਬਣ ਗਿਆ ਜੀ ਜੀ ਤੁਹਾਡੇ ਸਿੱਖ ਕਿੰਨੇ ਨੇੜੇ ਦਾ ਤੁਹਾਨੂੰ ਇਹੋ ਜਿਹਾ ਸ਼ਿਕਾਰ ਦੇ ਮੌਕੇ ਜ਼ਿਆਦਾ ਪੈਦਾ ਕਰਨੇ ਚਾਹੀਦੇ ਰੋਜ਼ ਹੋਵੇ ਇੱਦਾਂ ਦਾ ਕਦੇ ਰੋਜ਼ ਸ਼ਿਕਾਰ ਖੇਡਣ ਜਾਇਆ ਕਰੀਏ ਤੁਸੀਂ ਇੱਦਾਂ ਕਰੋ ਰਾਜਾ ਭੀਮ ਚੰਦ ਦੀ ਰਾਸ 'ਚ ਵੀ ਜਾਓ ਆਪਣੇ ਸੈਨਿਕ ਨਾਲ ਲੈ ਕੇ ਬੇਸ਼ੱਕ ਜਾਓ ਮੈਂ ਤੁਹਾਡੇ ਨਾਲ ਜਾਂਦਾ ਤੁਸੀਂ ਪੂਰੀ ਤਰ੍ਹਾਂ ਉਹਨਾਂ ਦੇ ਪਰਿਵਾਰ 'ਚ ਜਾ ਕੇ ਰਹੋ ਉਹਨਾਂ ਦੇ ਪਰਿਵਾਰ ਨੂੰ ਮਿਲੇ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਮਾਤਾ ਜੀ ਜਾਣ ਤੁਹਾਡੇ ਮਹਿਲ ਜਾਣ ਰਾਣੀਆਂ ਮਹਾਰਾਣੀਆਂ ਦੇ ਨਾਲ ਮੇਲ ਜੋਲ ਹੋਵੇ ਤਾਂ ਕਿ ਪਰਿਵਾਰਾਂ ਦੀ ਇੰਨੀ ਸਾਂਝ ਹੋ ਜਾਵੇ ਕਿ ਕਦੀ ਦੁਸ਼ਮਣੀ ਰਹੇ ਨਾ ਇਹ
ਜਿਹੜਾ ਆ ਪੰਮਾ ਪੁਰੋਹਿਤ ਆ ਸਤਿਗੁਰੂ ਜੀ ਨੂੰ ਸਮਝਾ ਰਿਹਾ ਹੈਗਾ ਵੀ ਸਤਿਗੁਰੂ ਜੀ ਏਦਾਂ ਕਰ ਲਓ, ਪਰਿਵਾਰਕ ਸਾਂਝ ਬਣੂਗੀ, ਵਿੱਚ ਦੋਵਾਂ ਧਿਰਾਂ ਦੀ ਖਿੱਚੋਤਾਨ ਵੀ ਘਟੂਗੀ, ਇੱਕ ਪਿਆਰ ਵਧੂਗਾ, ਨੇੜਤਾ ਆਊਗੀ। ਸਤਿਗੁਰੂ ਜੀ ਦੀ ਹਰ ਵਾਰ ਗੱਲ ਸੁਣਦੇ ਤੇ ਹਰ ਵਾਰ ਮੁਸ਼ਕਰਾ ਕੇ ਟਾਲ ਦਿੰਦੇ। ਸਤਿਗੁਰੂ ਕਹਿੰਦੇ ਵੀ ਜਿਹੜੀ ਗੱਲ ਕਰ ਰਿਹਾ ਇਹਦੇ ਪਿੱਛੇ ਕੀ ਆ, ਗੱਲ ਠੀਕ ਕਰ ਰਿਹਾ ਪਰ ਭਾਵਨਾ ਠੀਕ ਨਹੀਂ। ਸਤਿਗੁਰੂ ਗੱਲ ਨਹੀਂ ਦੇਖਦੇ, ਸਤਿਗੁਰੂ ਭਾਵਨਾ ਦੇਖਦੇ ਆ। ਤੇ ਇੱਕ ਦਿਨ ਕਹਿੰਦਾ ਆ ਕੇ, ਕਿਉਂਕਿ ਰੋਜ਼ ਹੀ ਕੋਈ ਨਾ ਕੋਈ ਸਲਾਹ ਲੈ ਕੇ ਆ ਜਾਂਦਾ ਸੀ, ਰਾਜਦੂਤ ਦਾ ਕੰਮ ਵੀ ਇਹ ਹੁੰਦਾ, ਹਾਂਜੀ, ਕੋਈ ਆਪਣੇ ਰਾਜ ਦੇ ਹਿੱਤ ਰੱਖਣੇ ਆ ਤੇ ਉਹਦੇ ਲਈ ਕੋਈ ਨਾ ਕੋਈ ਰੋਜ਼ ਪ੍ਰੋਗਰਾਮ ਕੁਛ ਨਾ ਕੁਛ ਲਗਾਤਾਰ ਕੰਮ ਹੀ ਉਹਦਾ ਇਹ ਆ। ਹਾਂਜੀ, ਤੇ ਇੱਕ ਦਿਨ ਪੰਮਾ ਪ੍ਰੋਹਿਤ ਆ ਕੇ ਆਖਣ ਲੱਗਾ, ਸਤਿਗੁਰੂ ਜੀ ਕੋਈ ਦਿਨਾਂ ਤੱਕ ਰਵਾਲ ਸਾਹਿਬ ਦਾ ਵੱਡਾ ਮੇਲਾ ਆ ਗਿਆ। ਹਾਂਜੀ, ਤੇ ਰਵਾਲ ਸਾਹਿਬ ਜਿਹੜਾ ਆ ਉਹ ਬੜਾ ਪੁਰਾਤਨ ਤੀਰਥ ਆ, ਹਿੰਦੂ ਮਤ ਦਾ ਵੀ ਬੋਧੀ ਮਤ ਦਾ ਵੀ ਇੱਥੇ ਬਹੁਤ ਵੱਡਾ ਤੀਰਥ ਹੈਗਾ। ਤੇ ਮੇਲਾ ਸ਼ੁਰੂ ਹੋਣ ਲੱਗਾ, ਸਾਰੇ ਪਹਾੜ ਦੇ ਰਾਜੇ, ਬਾਈਧਾਰ ਦੇ ਸਾਰੇ ਰਾਜੇ ਇੱਥੇ ਆਉਂਦੇ ਹੁੰਦੇ, ਉਹਨਾਂ ਦੇ ਕਰਿੰਦੇ ਆਉਂਦੇ, ਉਹਨਾਂ ਦੇ ਅਹਿਲਕਾਰ ਆਉਂਦੇ, ਉਹਨਾਂ ਦੇ ਪਰਿਵਾਰ ਆਉਂਦੇ, ਉਹਨਾਂ ਦੇ ਮੰਤਰੀ ਆਉਂਦੇ, ਉਹਨਾਂ ਦੇ ਸੰਤਰੀ ਆਉਂਦੇ ਆ, ਔਰ ਬਹੁਤ ਵੱਡਾ ਮੇਲਾ ਲੱਗ ਜਾਂਦਾ ਹੁੰਦਾ। ਅਤੇ ਮੇਰੀ ਬੇਨਤੀ ਸਤਿਗੁਰੂ ਜੀ ਤੁਸੀਂ ਵੀ ਪੁੱਛੋ ਜੀ, ਇਸ ਮੇਲੇ 'ਚ ਪੁੱਜੋ, ਪਰਿਵਾਰ ਸਮੇਤ ਬਾਕੀ ਸ਼ਾਮ ਤੁਸੀਂ ਪੋਵੋ, ਉੱਦਾਂ ਤੁਸੀਂ ਮੇਰੇ ਆਖੇ ਲੱਗ ਕੇ ਤੁਹਾਨੂੰ ਰਿਆਸਤਾ 'ਚ ਨਹੀਂ ਮਿਲਣਗਾ, ਉੱਥੇ ਜਾਓਗੇ ਤਾਂ ਆਪੇ ਆ ਕੇ ਪਰਿਵਾਰਾਂ ਨੇ ਤੁਹਾਨੂੰ ਮਿਲਣਾ, ਸਾਰੇ ਰਾਜਿਆਂ ਦੇ ਜਦੋਂ ਮਿਲਣਗੇ ਅਤੇ ਤੁਹਾਡੇ ਸਾਹਮਣੇ, ਜਦੋਂ ਤੁਹਾਨੂੰ ਤਾਂ ਇਸ ਗੱਲ ਦਾ ਪਤਾ ਵੀ ਤੁਹਾਨੂੰ ਜਿਹੜਾ ਮਿਲਦਾ ਉਹ ਤੁਹਾਡਾ ਹੋ ਜਾਂਦਾ, ਹਾਂਜੀ, ਤੁਹਾਡੇ ਸਾਹਮਣੇ ਖੜਦਾ ਕੋਈ ਨਹੀਂ, ਅਤੇ ਮੈਂ ਸੱਚੇ ਦਿਲੋਂ ਕਹਿ ਰਿਹਾ ਕਿ ਤੁਹਾਡੇ ਸ਼ਰਧਾਲੂ ਬਣਾ ਜੀ ਜੀ, ਸਤਿਗੁਰੂ ਨੂੰ ਜਾ ਕੇ ਉੱਥੇ ਰਾਜਾ ਦੇ ਵਿੱਚ ਉਹਦੇ ਮਨ 'ਚ ਵੀ ਗੱਲ ਆ ਕਿ ਸਤਿਗੁਰੂ ਨੂੰ ਉੱਥੇ ਜਾ ਕੇ ਘੇਰਾ ਵੀ ਪਾਇਆ ਜਾ ਸਕਦਾ, ਵੀ ਕਿਤੇ ਮੌਕਾ ਲੱਗਾ ਤੇ ਘੇਰਿਆ ਵੀ ਜਾ ਸਕਦਾ ਸਤਿਗੁਰੂ ਨੂੰ ਚਾਰੇ ਬੰਨਿਓ, ਪਰ ਨਾਲ ਕਹਿ ਉਹ ਗੱਲਾਂ ਰਿਹਾ ਜਿਹੜੇ ਚੰਗੇ ਨਾਲ ਸਤਿਗੁਰੂ ਨੇ ਇਹਦੀ ਗੱਲ ਸੁਣੀ। ਹਾਂਜੀ, ਤੇ ਸਤਿਗੁਰੂ ਨੇ ਜਦੋਂ ਰਵਾਲ ਸਾਹਿਬ ਦੇ ਤਪ ਸਥਾਨ ਤੇ ਨਾ ਜਿੱਥੇ ਬੈਠ ਕੇ ਕਦੀ ਤਪ ਕੀਤਾ ਸੀਗਾ, ਹਾਂਜੀ, ਉਹਨਾਂ ਨੇ ਸਤਿਗੁਰੂ ਨੇ ਕਿਹਾ ਵੀ ਚਲੋ। ਰਵਾਲ ਸਾਹਿਬ ਕਿੰਨੇ ਤਪ ਕੀਤਾ ਸੀ? ਰਵਾਲ ਸਾਹਿਬ ਦੇ ਵਿੱਚ, ਰਵਾਲ ਯੁਗ 'ਚ ਮੈਂ ਇਹਦੀ ਗੱਲ ਕਹਾਂ ਵੀ ਕਰਦਾ ਰਵਾਲ ਸਾਹਿਬ ਦੀ ਹਕੀਕਤ ਦੱਸਣ ਦੇ ਲਈ, ਠੀਕ ਹੈ, ਇਹ ਕਰਦਾ ਆ। ਹਾਂਜੀ, ਤੇ ਇਹ ਨਾਗ ਬੰਸ਼ੀਆਂ ਦਾ, ਹਾਂਜੀ, ਜਿਹੜਾ ਵੱਡਾ ਵਡੇਰਾ ਸੀਗਾ, ਜਸ਼ ਤੇ ਨਾਗ ਦੋਵਾਂ ਦਾ ਆਪਸ ਵਿੱਚ ਵੈਰ ਸੀਗਾ, ਬੜੀ ਪੁਰਾਤਨ ਜੀ ਮਿਥਿਹਾਸਿਕ ਕਥਾ ਆ, ਮੈਂ ਤਾਂ ਉਹਨੂੰ ਛੱਡ ਦੇਣਾ ਚਾਹੁੰਦੇ ਪਰ ਆਪਾਂ ਗੱਲ ਕਰ ਲਾਂਗੇ ਇਹਦੀ। ਅੱਛਾ, ਸਤਿਗੁਰੂ ਨੇ ਇਹ ਗੱਲ ਆਖੀ ਵੀ ਪੰਮਾ ਪੰਮੇ ਪ੍ਰੋਹਿਤ ਨੂੰ, ਕਈ ਤੇਰੇ ਰਾਜਾਂ ਨੂੰ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਇਕੱਠੇ ਹੋ ਕੇ ਚੱਲੋ, ਹਾਂਜੀ, ਸਾਡੀ ਮਦਦ ਲਓ, ਸਾਡੀ ਜੰਗ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਲੋਕ ਭਾਰਤੀ ਸੰਸਕ੍ਰਿਤੀ ਨੂੰ ਖਤਮ ਕਰਨਾ ਚਾਹੁੰਦੇ ਆ, ਸਾਡੀ ਜੰਗ ਉਹਨਾਂ ਨਾਲ ਲੋਕਾਂ ਨਾਲ ਆ ਜਿਹੜੇ ਇੱਥੋਂ ਦੇ ਮਜ਼ਲੂਮਾਂ ਦੇ ਉੱਤੇ ਜ਼ੁਲਮ ਕਰ ਰਹੇ ਆ, ਸਾਡੀ ਜੰਗ ਉਹਨਾਂ ਲੋਕਾਂ ਦੇ ਨਾਲ ਜਿਹੜੇ ਇੱਥੋਂ ਦੇ ਖਜ਼ਾਨਿਆਂ ਨੂੰ ਲੁੱਟ ਰਹੇ ਆ, ਜਿਹੜੇ ਵਿਦੇਸ਼ੀ ਧਾੜ ਵੀ ਆ, ਤੇ ਤੁਸੀਂ ਉਹਨਾਂ ਦੇ ਨਾਲ ਲਗਾਨ ਦੇ ਕੇ ਕਰਦੇ ਕਿ ਉਹਨਾਂ ਨਾਲ ਤੁਰ ਰਹੇ ਆ, ਤੇ ਅਸੀਂ ਕਹਿੰਦੇ ਤੁਸੀਂ ਇਕੱਠੇ ਹੋ, ਤੁਹਾਨੂੰ ਕਰ ਦੇਣ ਦੀ ਵੀ ਲੋੜ ਨਹੀਂ ਪੈਣੀ, ਤੁਸੀਂ ਪ੍ਰਭੂ ਸਤਾ ਸੰਪੰਨ ਰਾਜੇ ਬਣ ਸਕਦੇ ਹੋ ਆਪਣੀਆਂ ਰਿਆਸਤਾਂ ਦੇ ਵੀ, ਤੇ ਤੁਸੀਂ ਪੂਰੇ ਹਿੰਦੁਸਤਾਨ ਨੂੰ ਵੀ ਯਾਦ ਕਰਾ ਸਕਦੇ, ਪੂਰੇ ਭਾਰਤ ਵਰਸ਼ ਨੂੰ ਵੀ ਯਾਦ ਕਰਾ ਸਕਦੇ ਹਾਂ, ਪਰ ਤੁਹਾਨੂੰ ਇਕੱਠੇ ਕੋਈ ਤੁਰਨਾ ਪੈਣਾ, ਤੇ ਇਹ ਇੱਕ ਮੁੱਠਤਾ ਦੀ ਲਹਿਰ ਪੈਦਾ ਕਰ, ਅਸੀਂ ਤੁਹਾਡੇ ਰਾਜ ਨੂੰ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਹਾਂਜੀ, ਪਰ ਇਹ ਸਮਝੇ ਨਹੀਂ, ਚੱਲ ਰਵਾਲ ਸਰ ਦੇ ਤਪ ਸਥਾਨ ਤੇ ਜਾ ਕੇ ਤੇਰੇ ਰਾਜ ਉੱਥੇ ਸਾਰੇ ਇਕੱਠੇ ਹੋਏ ਹੋਣੇ ਆ, ਉਹਨਾਂ ਨੂੰ ਇੱਕ ਵਾਰੀ ਹੋਰ ਸਮਝਾ ਕੇ ਕਰ ਦੇਣੇ, ਹਾਂਜੀ ਹਾਂਜੀ, ਹੁਣ ਇਹ ਆਪਦੇ ਵੱਲੋਂ ਮੌਕਾ ਪੈਦਾ ਕਰ ਲਿਆ, ਤੇ ਸਤਿਗੁਰੂ ਆਪਣੇ ਵੱਲੋਂ ਮੌਕੇ ਦਾ ਉਹਦਾ ਫਾਇਦਾ ਲੈਣ ਦੀ ਗੱਲ ਕਰ ਰਿਹਾ। ਤੁਸੀਂ ਕਹਿੰਦੇ ਰਵਾਲ ਸਰ ਕਿਉਂ ਗਿਆ ਸਤਿਗੁਰੂ? ਸਤਿਗੁਰੂ ਇਸ ਮਕਸਦ ਨਾਲ ਗਿਆ, ਹਾਂਜੀ, ਕਿ ਉੱਥੇ ਸਾਰੇ ਰਾਜੇ ਇਕੱਠੇ ਹੋਏ ਹੋਣੇ, ਉਹਨਾਂ ਦੇ ਅਹਿਲਕਾਰ ਹੋਣੇ ਆ, ਮੰਤਰੀ ਹੋਣੇ ਆ, ਸੰਤਰੀ ਹੋਣੇ ਆ, ਹੁਣ ਉਹਨਾਂ 'ਤੇ ਖਾਲਸਾ ਪੰਥ ਦਾ ਦਬਦਬਾ ਵੀ ਬਣ ਚੁੱਕਾ ਹੋਇਆ ਆ, ਉਹਨਾਂ ਨੇ ਸਾਰੇ ਪਾਪੜ ਵੇਲ ਕੇ ਦੇਖ ਲਿਆ, ਅਤੇ ਹੁਣ ਉਹਨਾਂ ਦੇ ਵਿੱਚ ਜਾ ਕੇ ਬਹਿੰਦੇ ਆ, ਜਦੋਂ ਵਿੱਚ ਜਾ ਕੇ ਬੈਠਾਂਗੇ ਹੋਰ ਥੋੜ੍ਹੇ ਬੇਦਿਲ ਵੀ ਹੋਣਗੇ, ਸਾਡੇ ਪੂਰੇ ਸੈਨਿਕ ਲੈ ਕੇ ਪੂਰੀ ਤਾਕਤ ਨਾਲ ਵੀ ਜਾਵਾਂਗੇ, ਅਤੇ ਉਹਨਾਂ ਨੂੰ ਗੱਲ ਸਮਝਾਵਾਂਗੇ ਵੀ ਭਾਈ ਅਜੇ ਵੀ ਡੁੱਲਿਆ ਬੇੜਾਂ ਦਾ ਕੁਝ ਨਹੀਂ ਵੇਖ ਰਿਹਾ, ਇਕੱਠੇ ਹੋਵੋ, ਤੁਹਾਨੂੰ ਪੂਰਾ ਭਾਰਤ ਵਰਸ਼ ਵਾਜਾ ਮਾਰ ਰਿਹਾ, ਉਹਨਾਂ ਨੂੰ ਸਮਝਾਵਾਂਗੇ, ਕਹਿੰਦੇ ਸਤਿਗੁਰੂ ਕਿ ਜੇ ਤੁਸੀਂ ਇਕੱਠੇ ਹੋ ਕੇ ਤੁਰੋਗੇ ਤਾਂ ਸਾਰਾ ਦੇਸ਼ ਤੁਹਾਡਾ, ਅਤੇ ਜੇ ਤੁਸੀਂ ਇਕੱਠੇ ਹੋ ਕੇ ਨਾ ਤੁਰੇ ਤਾਂ ਪਹਾੜੀ ਰਿਆਸਤਾਂ ਵੀ ਬਹੁਤਾ ਲੰਬਾ ਸਮਾਂ ਤੁਹਾਡੇ ਕੋਲ ਨਹੀਂ ਰਹਿਣੀਆਂ, ਜਿੱਦਾਂ ਹੱਥ 'ਚੋਂ ਰੇਤ ਕਰ ਜਾਂਦੀ ਹੁੰਦੀ ਨਾ, ਹਾਂਜੀ, ਉੱਦਾਂ ਵੀ ਕਰ ਜਾਂਦਾ, ਕਦੀ ਬੁੱਕ 'ਚ ਪਾਣੀ ਕਿੰਨਾ ਕੁ ਚਿਰ ਰੱਖਿਆ ਜਾ ਸਕਦਾ, ਜੀ ਜੀ, ਕਰ ਜਾਂਦਾ, ਰੇਤਾ ਉਂਗਲਾਂ ਦੀ ਵਿਰਲਾ 'ਚੋਂ ਕਰ ਜਾਂਦੀ ਆ, ਕਿੰਨਾ ਕੁ ਚਿਰ ਰੱਖੀ ਜਾ ਸਕਦੀ ਆ, ਇਹ ਤੁਹਾਡੀਆਂ ਰਿਆਸਤਾਂ ਵੀ ਰੇਤਾ ਵਾਂਗੂ ਕਿਰ ਜਾਣੀਆਂ, ਜਿੱਦਾਂ ਬੁੱਕ 'ਚੋਂ ਪਾਣੀ ਖਤਮ ਹੋ ਜਾਂਦਾ, ਡੁੱਲ ਜਾਂਦਾ, ਆਪਣੇ ਆਪ ਡੁੱਲ ਜਾਣੀਆਂ, ਖਤਮ ਹੋ ਜਾਣੀਆਂ, ਪਰ ਜੇ ਤੁਸੀਂ ਇਕੱਠੇ ਰਹੇ ਤਾਂ ਪੂਰਾ ਦੇਸ਼ ਤੁਹਾਨੂੰ ਵਾਜਾ ਮਾਰ ਰਿਹਾ ਜੀ, ਤੁਸੀਂ ਸਾਰੇ ਦੇਸ਼ ਦੇ ਪ੍ਰਭੂ ਸਦਾ ਸੰਪੂਰਨ ਰਾਜੇ ਬਣ ਸਕਦੇ ਆ, ਵਿਦੇਸ਼ੀ ਧਾੜਵੀਆਂ ਨੂੰ ਇੱਥੋਂ ਭਜਾਈਏ ਇਕੱਠੇ ਹੋ ਕੇ, ਤਾਂ ਕਿ ਜ਼ੁਲਮ ਦੀ, ਜਬਰ ਦੀ ਜਿਹੜੀ ਹਨੇਰੀ ਚੜ੍ਹੀ ਹੋਈ, ਜਿਹੜੀ ਕਸ਼ਮੀਰ ਤੋਂ ਸ਼ੁਰੂ ਹੋਈ ਸੀਗੀ, ਜਿਹੜੀ ਪੂਰੇ ਹਿੰਦੁਸਤਾਨ 'ਚ ਹੁਣ ਵਗ ਰਹੀ ਆ, ਇਹ ਜ਼ੁਲਮ ਜਿਹੜੀ ਦੱਖਣ 'ਚ ਜਾ ਕੇ ਹੁਣ ਵਗ ਰਹੀ ਆ, ਜਿਹੜੀ ਪੰਜਾਬ 'ਚ ਵਗ ਰਹੀ ਆ, ਜਿਹੜੀ ਦਿੱਲੀ 'ਚ ਵਗ ਰਹੀ ਆ, ਜਿਹੜੀ ਸਰਹੰਦ 'ਚ ਵਗ ਰਹੀ ਆ, ਜਿਹੜੀ ਲਾਹੌਰ 'ਚ ਵਗ ਰਹੀ ਆ, ਜਿਹੜੀ ਕਸ਼ਮੀਰ ਅਤੇ ਪਾਕਿਸਤਾਨ ਵਾਲੇ ਬੰਨੇ ਤੱਕ ਵਗ ਰਹੀ ਆ, ਇਹ ਸਾਰੀ ਦੀ ਸਾਰੀ ਹਨੇਰੀ ਡੱਕੀ ਜਾ ਸਕਦੀ,
ਜਿਨ੍ਹਾਂ ਤੋਂ ਡਰਦੇ ਤੁਸੀਂ ਆਖਰੇ ਤਾਂ ਚੱਕਦੇ ਜਿਨ੍ਹਾਂ ਨੂੰ ਲਗਾਣ ਦਿੰਦੇ ਹੋ ਕਰ ਦਿੰਦੇ ਹੋ ਉਹ ਕਰ ਦਿੰਦੇ ਬੰਦ ਹੋ ਸਕਦੇ ਪਰ ਇਕੱਠੇ ਹੋ ਕੇ ਤੁਰੀਏ ਅਸੀਂ ਏਕਾ ਕਰ ਲਓ ਅਸੀਂ ਸਤਿਗੁਰੂ ਕਹਿੰਦੇ ਇੱਕ ਵਾਰੀ ਤੇਰੇ ਰਾਜੇ ਨੂੰ ਸਮਝਾਉਣ ਬਾਲਸਰ ਜ਼ਰੂਰ ਜਾਵਾਂਗੇ ਉਹ ਤਪਸਥਾਨ ਦਾ ਸ਼ਾਇਦ ਕਿਤੇ ਉਹ ਤਪਸਥਾਨ 'ਤੇ ਬੈਠੀਆਂ ਉਹਨਾਂ ਦੀ ਬਿਰਤੀਆਂ ਉੱਥੇ ਹੀ ਸਿੱਧੀਆਂ ਹੋ ਜਾਣ ਇਹ ਵੀ ਜਤਨ ਕਰਕੇ ਇੱਕ ਵਾਰੀ ਦੇਖ ਲੈਂਦੇ ਹਾਂ ਹਾਂਜੀ ਹੁਣ ਸਤਿਗੁਰੂ ਨੇ ਜਦੋਂ ਪ੍ਰਵਾਨਗੀ ਦਿੱਤੀ ਇਹ ਪੰਮਾ ਪ੍ਰੋਤ ਬਹੁਤ ਖੁਸ਼ ਆ ਉਹਦੀ ਕਾਮਯਾਬੀ ਸੀ ਕਿ ਦੇਖੋ ਸਤਿਗੁਰੂ ਜੀ ਨੂੰ ਮੈਂ ਪਹਿਲਾਂ ਅਨੰਦਪੁਰ ਤੋਂ ਕਹਿਲੂਰ ਦੇ ਜੰਗਲਾਂ ਵੱਲ ਵੀ ਲੈ ਕੇ ਆ ਗਿਆ ਪਹਾੜੀਆਂ ਨਾਲ ਸਾਂਝਾ ਕਰ ਦਿੱਤਾ ਹੈਗਾ ਆ ਇਹ ਵੀ ਕਾਮਯਾਬੀ ਸੀ ਕਿ ਘੋੜੇ ਚੋਰੀ ਵੀ ਕਰ ਲਿਆ ਪਤਾ ਨਹੀਂ ਲੱਗਣ ਦਿੱਤਾ ਕਿਉਂਕਿ ਗੱਲ ਬਾਹਰ ਨਹੀਂ ਨਿਕਲੀ ਔਰ ਦੂਜੀ ਇਹ ਵੀ ਗੱਲ ਆ ਵੀ ਸਤਿਗੁਰੂ ਨੂੰ ਦੇਖੋ ਮੈਂ ਰਵਾਲਸਰ ਤੱਕ ਲੈ ਕੇ ਆਉਣ ਲੱਗਾ ਆ ਉਹਨੇ ਬੜੀ ਖੁਸ਼ੀ ਖੁਸ਼ੀ ਸਾਰੇ ਬੰਨੇ ਸੁਨੇਹੇ ਭੇਜੇ ਰਾਜਾ ਭੀਮ ਚੰਦ ਨੇ ਹੋਰ ਮਹਾਰਾਜਾ ਨੂੰ ਸਾਰੇ ਜਿੰਨੇ ਸੀਗੇ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜਤੇ ਵੀ ਆਪਾਂ ਸਾਰਿਆਂ ਨੇ ਐਤਕੀ ਪੂਰੀ ਤਿਆਰੀ ਦੇ ਨਾਲ ਰਵਾਲਸਰ ਜਾਣਾ ਆ ਉੱਥੇ ਸਤਿਗੁਰੂ ਵੀ ਆ ਰਹੇ ਆ ਤੇ ਆਪਾਂ ਉੱਥੇ ਜਾ ਕੇ ਦੇਖਾਂਗੇ ਮੌਕੇ ਮੁਤਾਬਕ ਕੀ ਹੁੰਦਾ ਆ ਇਹ ਸਾਰੀਆਂ ਤਿਆਰੀਆਂ ਹੋਣ ਲੱਗਦੀਆਂ ਹਾਂਜੀ ਇਧਰੋਂ ਸਤਿਗੁਰੂ ਜੀ ਨੇ ਵੀ ਤਿਆਰੀ ਕਰਨੀ ਅਨੰਦਪੁਰ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਇਹਨਾਂ ਨੇ ਰਾਜਾ ਭੀਮ ਚੰਦ ਕਹਿਲੂਰੀਆ ਨੇ ਵੀ ਗੁਪਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਿ ਸਤਿਗੁਰੂ ਨੂੰ ਘੇਰਨਾ ਆ ਹਾਂਜੀ ਪੰਮਾ ਪ੍ਰੋਹਤ ਸਾਨੂੰ ਮਿੰਟ ਮਿੰਟ ਦੀ ਖਬਰ ਦਊਗਾ ਕਿ ਉਹਨਾਂ ਕੋਲ ਕਿੰਨੀ ਕੁ ਤਾਕਤ ਹੈ ਕਿੱਦਾਂ ਸਾਰੀ ਉਹਨਾਂ ਦੇ ਖੇਮੇ ਦੀ ਖਬਰ ਹੋਊਗੀ ਸਾਰੀ ਤੇ ਜਦੋਂ ਹੀ ਕਿਤੇ ਮੌਕਾ ਮਿਲਿਆ ਉਦੋਂ ਅਸੀਂ ਸਤਿਗੁਰੂ ਨੂੰ ਰਵਾਲਸਰ ਦੇ ਵਿੱਚ ਸਾਡੇ ਇਲਾਕੇ 'ਚ ਆਏ ਹੋਣਾ ਆ ਅਸੀਂ ਉੱਥੋਂ ਅਨੰਦਪੁਰ ਸਤਿਗੁਰੂ ਨੂੰ ਵਾਪਸ ਨਹੀਂ ਆਉਣ ਦੇਣਾ ਘੇਰ ਲੈਣਾ ਆ ਤੇ ਇਧਰੋਂ ਸਤਿਗੁਰੂ ਜਿਹੜੇ ਆ ਉਹ ਸਰਬੱਤ ਦਾ ਭਲਾ ਚਾਹੁੰਦੇ ਆ ਸਭ ਦਾ ਭਲਾ ਚਾਹੁੰਦੇ ਸਭ ਦਾ ਭਲਾ ਚਾਹ ਕੇ ਇਹਨਾਂ ਦਾ ਭਲਾ ਚਾਹੁਣ ਦੇ ਲਈ ਇਹਨਾਂ ਨੂੰ ਪ੍ਰਭੂ ਸਦਾ ਸੰਪਨ ਰਾਜੇ ਬਣਾਉਣ ਦੇ ਲਈ ਇਹ ਇਧਰੋਂ ਤੁਰ ਪਾ ਤੇ ਮੈਂ ਕਹਿੰਦਾ ਵੀ ਦੁਨੀਆਂ ਦੇ ਇਤਿਹਾਸ ਦੇ ਵਿੱਚ ਇੱਦੂ ਵੱਡੀ ਅਕਿਰਤ ਘਨਤਾ ਵਾਲਾ ਵਾਕਿਆ ਕੋਈ ਨਹੀਂ ਮਿਲਦਾ ਕਿ ਇੱਕ ਬੰਨੇ ਸਤਿਗੁਰੂ ਸਤਿਗੁਰੂ ਪਤਾ ਕਿਹੜਾ ਜਿਹਦੇ ਦਾਦੇ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਤਿਗੁਰੂ ਜਿਹਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਰਾਜਿਆਂ ਮਹਾਰਾਜਿਆਂ ਦੇ ਦਾਦਿਆਂ ਨੂੰ ਗਵਾਲੀਅਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਹੋਵੇ ਜਿੱਥੇ ਉਹ ਸਾਰੀ ਉਮਰ ਲਈ ਕੈਦ ਸਨ ਉਸ ਅਨੇਰੀਆਂ ਕੋਠੀਆਂ 'ਚੋਂ ਕੱਢਿਆ ਹੋਵੇ ਇਹਨਾਂ ਦੇ ਰਾਜ ਦੇ ਵਿੱਚ ਪਹੁੰਚਾਇਆ ਹੋਵੇ ਤੇ ਉਹਦੇ ਪੋਤੇ ਉਹਨਾਂ ਦਾਦਿਆਂ ਪੜਦਾਦਿਆਂ ਦੇ ਪੋਤੇ ਗਾਂ ਜਿਹੜੇ ਹੁਣ ਰਾਜੇ ਬਣੇ ਬੈਠੇ ਆ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਨੂੰ ਆਪ ਕੈਦ ਕਰਨ ਦੇ ਬਾਰੇ ਸੋਚਦੇ ਹੁਣ ਕਿ ਇੱਥੇ ਆਉਣਾ ਤੁਸੀਂ ਚਾਰੇ ਬੰਨੇ ਫੜ ਕੇ ਕੈਦ ਕਰ ਲੈਣਾ ਆ ਤੇ ਕੈਦ ਕਰਕੇ ਅਸੀਂ ਕਰਨਾ ਪਤਾ ਕੀ ਆ ਆਪਣੇ ਸਿਰ ਜ਼ਿੰਮੇਵਾਰੀ ਲੈਣੀ ਨਹੀਂ ਅਸੀਂ ਬਾਅਦ 'ਚ ਉਡਾ ਦਿਆਂਗੇ ਕਿ ਮੁਗਲ ਆ ਕੇ ਕੈਦ ਕਰਕੇ ਲੈ ਗਏ ਅਸੀਂ ਬਾਦਸ਼ਾਹ ਦੇ ਹਵਾਲੇ ਕਰ ਦੇਣਾ ਦਿੱਲੀ ਦੇ ਹਵਾਲੇ ਕਰ ਦੇਣਾ ਇਹ ਸਕੀਮਾਂ ਬਣਾਈਆਂ ਜਾ ਰਹੀਆਂ ਤੇ ਉਹਨਾਂ ਦੀ ਮੁਗਲ ਹਕੂਮਤ ਦੇ ਕੋਲੋਂ ਸਤਿਗੁਰੂ ਨੇ ਤਾਂ ਛਡਾਇਆ ਸੀ ਗਵਾਲੀਅਰ ਦੇ ਕਿਲ੍ਹੇ 'ਚੋਂ ਹਾਂਜੀ ਪਹਾੜੀਏ ਸੋਚ ਰਿਹਾ ਪੰਮਾ ਪ੍ਰੋਹਤ ਨੂੰ ਸੋਚ ਰਿਹਾ ਨਹੀਂ ਕਿਤੇ ਦੇਖਣ ਨੂੰ ਮਿਲਦਾ ਤੇ ਸਤਿਗੁਰੂ ਬੇਪਰਵਾਹ ਇਹ ਜਾ ਰਿਹਾ ਸਤਿਗੁਰੂ ਜਾ ਰਿਹਾ ਸਤਿਗੁਰੂ ਨੇ ਆਪਣੀ ਤਿਆਰੀ ਕੀਤੀ ਵੈਸੇ ਔਰ ਇਸ ਗੱਲ ਨੂੰ ਸਮਝਣ ਦੀ ਲੋੜ ਆ ਸਤਿਗੁਰੂ ਉਹ ਲੋਕ ਜਿਹੜੇ ਕਿਰਤ ਘੰਟਾ ਦੇ ਜਾਣੀ ਕਿ ਅਕਿਰਤ ਘੰਟਾ ਦੀ ਨੀਵੀਂ ਤੋਂ ਨੀਵੀਂ ਖੱਡ 'ਚ ਡਿੱਗੇ ਹੋਏ ਆ ਸਤਿਗੁਰੂ ਉਹਨਾਂ ਨੂੰ ਵੀ ਵਾਰਨਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਇਹ ਅੱਜ ਵੀ ਸੱਚ ਦੇ ਰਸਤੇ ਤੁਰ ਪੈਣਾ ਇਹਨਾਂ ਕੋਲ ਤਾਕਤ ਆ ਔਰ ਇਹਨਾਂ ਦੀ ਬਿਰਤੀ ਜਿਹੜੀ ਨੀਵੇਂ ਬੰਨੇ ਨੂੰ ਜਾ ਰਹੀ ਕਿਤੇ ਉੱਚੇ ਬੰਨੇ ਨੂੰ ਜਾਣੀ ਸ਼ੁਰੂ ਹੋ ਜਾਏ ਅਤੇ ਪੂਰਾ ਹਿੰਦੁਸਤਾਨ ਆਜ਼ਾਦ ਹੋ ਸਕਦਾ ਤੋ ਸਤਿਗੁਰੂ ਬਾਹਰਲੇ ਵਿਦੇਸ਼ੀਆਂ ਤੋਂ ਬਚਾਅ ਕੀਤਾ ਜਾ ਸਕਦਾ ਆ ਹਾਂਜੀ ਸੋ ਸਤਿਗੁਰੂ ਜੀ ਇਸ ਬਿਰਤੀ ਦੇ ਨਾਲ ਉੱਥੇ ਗਿਆ ਸਤਿਗੁਰੂ ਇੱਥੋਂ ਜਦੋਂ ਅਨੰਦਪੁਰ ਤੋਂ ਤੁਰਨ ਲੱਗੇ ਨਾ ਹਾਂਜੀ ਅਤੇ ਨੀਲੇ ਘੋੜੇ ਦੀ ਜਿਹੜੀ ਸੇਵਾ ਕਰਦਾ ਹੁੰਦਾ ਸੀ ਬੜੇ ਲੰਬੇ ਸਾਲ ਤੋਂ 12-13 ਸਾਲ ਤੋਂ ਲਗਾਤਾਰ ਕਰ ਰਿਹਾ ਸੀਗਾ ਹਾਂਜੀ ਭਾਈ ਮਦਨ ਸਿੰਘ ਹਾਂਜੀ ਇਹ ਜਿਹੜਾ ਭਾਈ ਮਦਨ ਸਿੰਘ ਸੀ ਨਾ ਹਾਂਜੀ ਕਹਿਣਾ ਨਹੀਂ ਚਾਹੀਦਾ ਪਰ ਕਿਉਂਕਿ ਬਣੀਆਂ ਹੋਈਆਂ ਪਿਰਤਾਂ ਸਰ ਕਿ ਇਹ ਜੇ ਚਾਰ ਵਰਨ ਜੇ ਗਿਣ ਲੈ ਜਾਣ ਹਾਂਜੀ ਹਾਂਜੀ ਅਤੇ ਚੌਥੇ ਵਰਨ 'ਚੋਂ ਸੀ ਸ਼ੂਦਰ ਵਰਨ 'ਚੋਂ ਠੀਕ ਠੀਕ ਹੈ ਪਰ ਗੁਰੂ ਘਰ ਦੇ ਘੋੜਿਆਂ ਦੀ ਸੇਵਾ 12-13 ਸਾਲ ਤੋਂ ਕਰ ਰਿਹਾ ਸੀ ਅਤੇ ਐਡੀ ਵੱਡੀ ਬਿਰਤੀ ਦਾ ਮਾਲਕ ਸੀ ਇਹ ਮਦਨ ਸਿੰਘ ਕਿ ਇਹਨੂੰ ਆਗਮ ਨਿਗਮ ਦੀਆਂ ਗੱਲਾਂ ਫਿਰਨ ਲੱਗ ਪਈਆਂ ਸੀ ਭਵਿੱਖਬਾਣੀ ਇਹਦੇ ਆਮ ਬੋਲ ਸਹਿਜ ਬੋਲਾਂ 'ਚ ਭਵਿੱਖਬਾਣੀ ਹੋ ਜਾਂਦੀ ਹੁੰਦੀ ਸੀਗੀ ਉਹਦੇ ਬਾਅਦ 'ਚ ਸ਼ਹੀਦ ਵੀ ਆ ਚਮਕੌਰ ਦੀ ਗੜੀ ਸ਼ਹੀਦ ਹੋਇਆ ਸੀ ਤਾਂ ਆਪਾਂ ਬਾਅਦ 'ਚ ਵੀ ਕਰਦੇ ਜੇ ਸਮਾਂ ਹੋਇਆ ਤਾਂ ਜਦੋਂ ਅਨੰਦਪੁਰ ਤੋਂ ਸਤਿਗੁਰੂ ਜੀ ਤੁਰਨ ਲੱਗੇ ਆ ਹਾਂਜੀ ਅਤੇ ਭਾਈ ਮਦਨ ਸਿੰਘ ਨੇ ਜਦੋਂ ਸਤਿਗੁਰੂ ਨੂੰ ਘੋੜਾ ਫੜਾਇਆ ਆਪ ਅਸਤਬਲ ਦੀ ਰਾਖੀ ਦੇ ਨਾਲ ਆਪ ਨਹੀਂ ਨਾਲ ਜਾਣਾ ਘੋੜੇ ਦੀ ਸੇਵਾ ਸਭਾ ਕਰਦਾ ਆਇਆ ਕਰਕੇ ਅਸਤਬਲ 'ਚ ਘੋੜੇ ਚੋਰੀ ਹੋ ਚੁੱਕੇ ਆ ਸਤਿਗੁਰ ਨੇ ਆਖਿਆ ਤੂੰ ਅਸਤਬਲ ਦੀ ਰੱਖ ਨਹੀਂ ਹੈ ਮਦਨ ਸਾਹਿਬ ਤੇਰੀ ਜ਼ਿੰਮੇਵਾਰੀ ਮਦਨ ਸਿੰਘ ਅਤੇ ਕਾਠਾ ਸਿੰਘ ਦੋ ਸਿੰਘ ਅਸਤਬਲ ਦੇ ਇੰਚਾਰਜ ਹੁੰਦੇ ਸਤਿਗੁਰ ਦੇ ਅਤੇ ਸਤਿਗੁਰ ਤੁਸੀਂ ਦੋਵਾਂ ਨੇ ਨਹੀਂ ਜਾਣਾ ਅਤੇ ਮਦਨ ਸਿੰਘ ਨੇ ਜਦੋਂ ਸਤਿਗੁਰ ਦੇ ਕੋਲ ਨੀਲਾ ਘੋੜਾ ਲਿਆ ਕੇ ਫੜਾਇਆ ਸਤਿਗੁਰ ਉੱਤੇ ਪਲਾਕੀ ਮਾਰ ਕੇ ਬੈਠਣ ਲੱਗੇ ਆ ਅਤੇ ਮਦਨ ਸਿੰਘ ਨੇ ਪੰਮਾ ਪ੍ਰੋਹਤ ਕੋਲ ਖੜਾਇਆ ਲੈ ਕੇ ਜਿਹੜਾ ਜਾ ਰਿਹਾ ਅਤੇ ਪੰਮੇ ਪ੍ਰੋਹਤ ਵੱਲ ਦੇਖਿਆ ਭਾਈ ਮਦਨ ਸਿੰਘ ਨੇ ਦੇਖ ਕੇ ਪਤਾ ਕੀ ਆਖਿਆ ਕਹਿੰਦਾ ਕਰੇਗਾ ਸਤਿਗੁਰੂ ਵੀ ਸੁਣ ਰਿਹਾ ਪਰ ਸੁਣਾ ਕੇ ਪੰਮੇ ਪ੍ਰੋਹਤ ਨੂੰ ਕਹਿ ਰਿਹਾ
ਕਰੇਗਾ ਸੋ ਭਰੇਗਾ, ਗੁਰੂ ਦਾ ਕੀ ਕਰੇਗਾ, ਸੇਵਕ ਕਾ ਕਾਜ ਸਰੇਗਾ, ਦੁਸ਼ਮਣ ਦੁਖੀ ਮਰੇਗਾ ਮਰੇਗਾ। ਜੀ ਜੀ ਜੀ, ਇਹ ਸ਼ਬਦ ਜਿਹੜੇ ਮਦਨ ਸਿੰਘ ਨੇ ਕਹਿ ਦਿੱਤੇ ਆ। ਅੱਛਾ ਜੀ, ਹੁਣ ਮਦਨ ਸਿੰਘ ਨੇ ਜਦੋਂ ਇਹ ਸ਼ਬਦ ਕਹਿਤੇ ਆ ਨਾ, ਤੇ ਪੰਮੇ ਵਿਰੋਧ ਨੇ ਨੀਵੀ ਪਾ ਲਈ ਆ। ਇੱਕ ਵਾਰੀ ਫੇਰ ਰਿਪੀਟ ਕਰ ਦਿਓ ਸ਼ਬਦ ਜਿਹੜੇ ਕਹੇ ਆ। ਭਾਈ ਮਦਨ ਸਿੰਘ ਨੇ ਆਖਿਆ, ਇਹਨੂੰ ਕਵਿਤਾ ਵੀ ਫੁਰਦੀ ਸੀ। ਜੀ ਜੀ ਜੀ, ਗੁਰੂ ਘਰ ਦੇ ਘੋੜੇ ਦਾ ਸੇਵਾਦਾਰ ਸੀਗਾ ਜੀ, 12-13 ਸਾਲ ਤੋਂ ਲਗਾਤਾਰ ਸੇਵਾ ਕਰ ਰਿਹਾ ਸੀ, ਨਾਮ ਸਿਮਰਨ ਵਾਲਾ ਬੰਦਾ ਸੀ, ਆਗਮ ਨਿਗਮ ਦੀਆਂ ਗੱਲਾਂ ਫੁਰਦੀਆਂ, ਭਵਿੱਖਬਾਣੀ ਦੇ ਕਵਿਤਾ ਵੀ ਫੁਰਦੀ ਸੀ। ਬਾਅਦ 'ਚ ਚਮਕੌਰ ਦੀ ਜੰਗ ਸ਼ਹੀਦ ਵਿਆਹ, ਉਦੋਂ ਇਹਦਾ ਜ਼ਿਕਰ ਆਪਾਂ ਕਰਾਂਗੇ ਸਾਰੇ ਜੀਵਨ ਦਾ ਵੀ। ਪਰ ਇੱਥੇ ਜਦੋਂ ਸਤਿਗੁਰੂ ਨੂੰ ਘੋੜੇ ਦੀ ਵਾਗ ਫੜਾਈ ਇਹਨੇ, ਸਤਿਗੁਰੂ ਘੋੜੇ 'ਤੇ ਬੈਠੇ ਆ, ਨਾਲ ਪੰਮਾ ਇੱਥੇ ਖੱਲਾ ਖੜਾ ਆ, ਇਹ ਉਹਦੇ ਘੋੜੇ ਦੂਜੇ ਆਪਣੇ ਤੇ ਬੈਠਣਾ ਆ, ਰਵਾਲ ਸਾਹਿਬ ਨੂੰ ਤੁਰਨ ਲੱਗੇ ਆ, ਅਤੇ ਇਹਨੇ ਸਤਿਗੁਰੂ ਨੂੰ ਘੋੜੇ ਦੀ ਲਗਾਮ ਫੜਾਉਂਦਾ ਦੇਖਿਆ ਪਮੇਲੇ ਆ, ਕਿ ਉਹ ਸਾਜਿਸ਼ ਉਹ ਬੰਦੇ ਆ ਕਿ ਸਤਿਗੁਰੂ ਨੂੰ ਉੱਥੇ ਕੈਦ ਕਰਵਾ ਦਈਏ। ਅਤੇ ਸਤਿਗੁਰੂ ਨੇ ਆਖਿਆ, ਭਾਈ ਮਦਨ ਸਿੰਘ ਨੇ ਆਖਿਆ ਪੰਮੇ ਪ੍ਰਭੂ ਨੂੰ ਸੰਬੋਧਨ ਕਰਕੇ, ਕਰੇਗਾ ਸੋ ਭਰੇਗਾ, ਗੁਰੂ ਦਾ ਕੀ ਕਰੇਗਾ, ਸੇਵਕ ਦਾ ਕਾਜ ਸਰੇਗਾ, ਦੁਸ਼ਮਣ ਦੁਖੀ ਮਰੇਗਾ। ਵੀ ਇਹ ਹੁਣ ਆਪਣੀ ਮੌਤ ਲੈ ਕੇ ਜਾ ਰਿਹਾ ਪੰਮਾ ਪ੍ਰਭੂ ਤੋਂ। ਹਾਂਜੀ, ਇਹ ਜਿੱਦ ਨੂੰ ਬੰਦੇ ਤੁਰ ਪਿਆ ਨਾ, ਗੁਰੂ ਨੂੰ ਕੈਦ ਕਰਾਉਣਾ ਚਾਹੁੰਦਾ, ਇਹ ਗੁਰੂ ਨੂੰ ਨਹੀਂ ਕੈਦ ਕਰਾਉਣਾ ਚਾਹੁੰਦਾ, ਇਹ ਆਪਣੀ ਮੌਤ ਮੌਤ ਮੰਗ ਰਿਹਾ ਹੈਗਾ ਆ। ਸੋ ਇਹ ਸ਼ਬਦ ਜਿਹੜੇ ਸੀਗੇ, ਕਰੇਗਾ ਸੋ ਭਰੇਗਾ, ਗੁਰੂ ਦਾ ਕੀ ਕਰੇਗਾ, ਸੇਵਕ ਦਾ ਕਾਜ ਸਰੇਗਾ, ਦੁਸ਼ਮਣ ਦੁਖੀ ਮਰੇਗਾ, ਇਹ ਭਾਈ ਮਦਨ ਸਿੰਘ ਨੇ ਆਖਿਆ। ਹੁਣ ਭਾਈ ਮਦਨ ਸਿੰਘ ਜਦੋਂ ਬਚਨ ਆਖੇ ਨਾ, ਤੇ ਸਿੱਖ ਤਾਂ ਆਨੰਦਪੁਰ ਤੋਂ ਪਹਿਲੀ ਵਾਰੀ ਕਿਸੇ ਮੇਲੇ ਲਈ ਨਿਕਲ ਰਹੇ ਸੀਗੇ, ਵੱਡੇ ਪੱਧਰ ਤੇ ਇਹਦਾ ਤਿਆਰੀ ਕਰਕੇ, ਨਾਲ ਮਾਤਾ ਗੁਜਰੀ ਜੀ ਜਾ ਰਹੇ ਆ, ਗੁਰੂ ਕੇ ਮਹਿਲ ਜਾ ਰਹੇ ਆ, ਚਾਰੇ ਸਾਹਿਬਜ਼ਾਦੇ ਜਾ ਰਹੇ ਆ, ਸਿੰਘਾਂ ਦੇ ਪਰਿਵਾਰ ਵੀ ਜਾ ਰਹੇ ਆ, ਇੱਕ ਤਰ੍ਹਾਂ ਦੀ ਖੁਸ਼ੀ ਆ, ਮੇਲੇ ਵਾਲੇ ਮਾਹੌਲ 'ਚ ਚੱਲੇ ਆ, ਔਰ ਕੁਰਸ਼ੇਤਰ ਦੇ ਮੇਲੇ ਤੋਂ ਬਾਅਦ ਪਹਿਲੀ ਵਾਰੀ ਇੱਦਾਂ ਹੋਣ ਲੱਗਾ ਆ। ਉੱਥੇ ਤੱਕ ਸਤਿਗੁਰੂ ਕਹੇ ਗਿਆ, ਸਤਿਗੁਰੂ ਪ੍ਰਚਾਰ ਕਰਨੀ ਸੀ ਉਦੋਂ ਵੀ ਹੈ, ਉਹ ਵੀ ਹਿੰਦੂ ਤੀਰਥ ਸੀਗਾ, ਪਰ ਵਾਲ ਸਾਹਿਬ ਵੀ ਹਿੰਦੂ ਤੀਰਥ ਆ, ਅਤੇ ਜਿਹੜਾ ਆਮ ਸਿੱਖਾਂ ਦੇ ਮਨ 'ਚ ਵੀ ਵਾਲ ਸਾਹਿਬ ਦੇ ਮੇਲੇ ਦਾ ਮੇਲੇ ਜਾਂਦੇ ਆ, ਆਮ ਬੰਦੇ ਦੇ ਮਨ 'ਚ ਚਾਹ ਹੁੰਦਾ, ਅਤੇ ਉਹਨਾਂ ਜਦੋਂ ਭਾਈ ਮਦਨ ਸਿੰਘ ਦੇ ਬਚਨ ਸੁਣੇ ਆ ਨਾ, ਪੰਮੇ ਪ੍ਰੋਹਤ ਨੇ ਤਾਂ ਨੀਵੀਂ ਪਾ ਲਈ, ਉਹਨੂੰ ਪਤਾ ਚਾਲ ਚੱਲ ਰਿਹਾ, ਅਤੇ ਉਹਦੀ ਚਾਲ ਦੇ ਬਾਰੇ ਸ਼ਬਦ ਕਹਿ ਰਿਹਾ ਹੈਗਾ ਭਾਈ ਮਦਨ ਸਿੰਘ, ਕੋਈ ਰਮਜ ਦੀ ਗੱਲ ਕਹਿ ਰਿਹਾ ਹੈਗਾ ਆ। ਪਰ ਜਦੋਂ ਬੰਦਾ ਬੋਲ ਮਾਰ ਕੇ ਕਿਤੇ ਸਾਡਾ ਟੂਰ ਹੀ ਨਾ, ਜਿਹੜਾ ਮੇਲੇ ਤੇ ਚੱਲੇ ਆ, ਸਾਡਾ ਮੇਲੇ ਤੇ ਜਾਣਾ ਹੀ ਨਾ ਕਿਤੇ ਖਰਾਬ ਕਰ ਦੇਵੇ, ਤੇ ਉਹਦਾ ਮਜ਼ਾਕ ਉਡਾਇਆ। ਤੇ ਨਾਲ ਸਿੰਘਾਂ ਨੇ ਦੇਖ ਲਾ ਜੀ, ਹੁਣ ਤਾਂ ਘੋੜਿਆਂ ਦੇ ਘਾਈ ਵੀ ਭਵਿੱਖ ਬਣੇ ਕਰਨ ਲੱਗ ਪਿਆ, ਕਿਸੇ ਨੇ ਵੀ ਕਹਿਤਾ ਉਹਦੇ ਮਖੌਲ ਦੇ ਵਿੱਚ, ਦੇਖ ਲਾ ਹੁਣ ਜੀ, ਕਿਉਂਕਿ ਡਰ ਆਪਣਾ ਵੀ ਸਾਡਾ ਕਿਤੇ ਨਾ ਮੇਲੇ 'ਤੇ ਜਾਣਾ ਖਤਮ ਹੋ ਜਾਏ, ਲੈ ਜੀ ਹੁਣ ਤਾਂ ਘੋੜਿਆਂ ਦੇ ਘਾਈ ਵੀ ਨਾ ਭਵਿੱਖਬਾਣੀਆਂ ਕਰਨ ਲੱਗ ਪਾਇਆ। ਇੱਕ ਸਿੰਘ ਨੇ ਗੁਰੂ ਕੋਲ ਸ਼ਿਕਾਇਤ ਵੀ ਕਰਤੀ, ਨਾਲ ਹੀ ਗੁਰੂ ਸਾਹਿਬ ਸੁਣ ਵੀ ਲਿਆ ਕਿ ਵਾਓ ਦਵਾਓ ਬੋਲ ਕੇ ਦੇਖੋ ਜੀ, ਸਾਡਾ ਤੀਰਥ ਯਾਤਰਾ ਤੂੰ ਸਾਨੂੰ ਰੋਕਣਾ ਚਾਹੁੰਦਾ, ਇਹਨੂੰ ਲੈ ਕੇ ਨਹੀਂ ਚੱਲੇ ਤੁਸੀਂ, ਕਹਿ ਅਸਤਬਲ 'ਤੇ ਰਾਖੀ ਤੂੰ ਕਰਨੀ ਆ, ਅਤੇ ਸਾਡੀ ਤੀਰਥ ਯਾਤਰਾ ਰੁਕਣੀ ਚਾਹੁੰਦਾ, ਤੀਰਥ ਯਾਤਰਾ ਤੁਸੀਂ ਲੈ ਕੇ ਚੱਲੇ ਸੀ, ਹਾਲੇ ਕਿ ਸਤਿਗੁਰੂ ਤੀਰਥ ਯਾਤਰਾ 'ਤੇ ਨਹੀਂ ਚੱਲੇ, ਸਤਿਗੁਰੂ ਤਾਂ ਉਸ ਮਕਸਦ ਲਈ ਚੱਲੇ ਆ ਕਿ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਕਿਤੇ ਇਹਨਾਂ ਦੇ ਕੰਨ 'ਚ ਸਮਝਾਉਣੀ ਪੈ ਸਕੇ, ਉੱਥੇ ਇਹਨਾਂ ਦੀ ਸੋਚ ਜਿਹੜੀ ਉਹ ਬਦਲ ਸਕੇ, ਜਿਹੜੀਆਂ ਨੇ ਬਿਰਤੀਆਂ ਉੱਥੇ ਸ਼ਾਇਦ ਪੋਜ਼ਿਟਿਵ ਤਪਸਥਾਨ 'ਤੇ ਹੋਈਆਂ, ਅਤੇ ਸ਼ਾਇਦ ਇਹ ਕਦੇ ਗੱਲ ਸੁਣ ਸਕਣ, ਪਰ ਉਹ ਬੇਈਮਾਨ ਹੈ ਸਾਹਮਣੇ ਬੈਠੇ। ਬਿਲਕੁਲ, ਪਰ ਸਤਿਗੁਰੂ ਆਪਣਾ ਜਿਹੜਾ ਸਤਿਗੁਰੂ ਦਾ ਕੰਮ ਸਤਿਗੁਰੂ ਕਰ ਰਿਹਾ, ਸਤਿਗੁਰੂ ਆਪਣੇ ਸੁਭਾਅ ਮੁਤਾਬਕ ਭਲੇ ਦੀ ਗੱਲ ਕਰ ਰਿਹਾ। ਔਰ ਜਦੋਂ ਸਤਿਗੁਰੂ ਦੇ ਕੋਲ ਸਿੱਖ ਨੇ ਸ਼ਿਕਾਇਤ ਕੀਤੀ ਨਾ, ਤੇ ਸਤਿਗੁਰੂ ਬੜੇ ਸਹਿਜ ਨਾਲ ਸਤਿਗੁਰੂ ਨੇ ਕਿਹਾ ਵੀ ਜੋ ਇਹ ਕਹਿ ਰਿਹਾ ਠੀਕ ਕਹਿ ਰਿਹਾ, ਠੀਕ ਕਹਿ ਰਿਹਾ, ਹਾਂਜੀ, ਗਲਤ ਨਹੀਂ ਕਹਿ ਰਿਹਾ, ਇਹ ਤੇ ਸ਼ੱਕ ਨਾ ਕਰੋ ਜੀ, ਜੋ ਕਹਿ ਰਿਹਾ ਸਤ ਕਹਿ ਰਿਹਾ, ਪਿਛਲੇ 12 ਸਾਲ ਤੋਂ ਜਿਸ ਲਗਨ ਦੇ ਨਾਲ ਜਿਸ ਪਿਆਰ ਦੇ ਨਾਲ ਘੋੜਿਆਂ ਦੀ ਸੇਵਾ ਕਰ ਰਿਹਾ ਨਾ, ਔਰ ਸਾਡੇ ਘੋੜੇ ਦੀ ਖਾਸ ਕਰਕੇ ਸੇਵਾ ਕਰ ਰਿਹਾ, ਉਹਨੂੰ ਘਾਹ ਵੀ ਜਿੱਦਾਂ ਖਿਲਾਉਂਦਾ, ਨਾਲ ਸਿਮਰਨ ਕਰਦਾ, ਸੇਵਾ ਕਰਦਾ, ਸੇਵਾ ਤੇ ਸਿਮਰਨ ਦੇ ਸੁਮੇਲ ਨੇ ਇਹਨੂੰ ਤਾਕਤ ਦਿੱਤੀ ਆ, ਜੋ ਵੀ ਬੋਲਦਾ ਇਹਦਾ ਜਿਹੜਾ ਮੂੰਹ ਬਚਨ ਨਿਕਲਦਾ ਹੈ ਨਾ, ਉਹ ਆਗਮ ਨਿਗਮ ਦੀ ਗੱਲ ਹੈ, ਇਹਦੇ ਜਵਾਨ ਦੇ ਉੱਤੇ ਸੱਤ ਆ ਗਿਆ, ਇਹਦੇ ਹਿਰਦੇ ਅੰਦਰ ਸੱਤ ਆ ਗਿਆ, ਜਿੱਥੇ ਸੇਵਾ ਤੇ ਸਿਮਰਨ ਇਕੱਠਾ ਹੋ ਜਾਏ ਉਹ ਹੋ ਜਾਂਦਾ ਹੁੰਦਾ। ਫਿਰ ਸਤਿਗੁਰੂ ਨੇ ਭਾਈ ਮਦਨ ਸਿੰਘ ਦਾ ਜਿਹੜਾ ਡਰ ਸੀ ਦੂਰ ਕਰਨ ਲਈ ਨਾ, ਉਹਨੂੰ ਉਸੇ ਅੰਦਾਜ਼ 'ਚ ਜਿਹੜੇ ਅੰਦਾਜ਼ 'ਚ ਬੋਲਿਆ ਸੀਗਾ, ਕਿਉਂਕਿ ਪੰਮੇ ਨੇ ਤਾਂ ਨੀਵੀਂ ਪਾਈ ਉੱਥੋਂ ਅਤੇ ਪਾਸਾ ਬੁਲਾ ਗਿਆ, ਪਰ ਸਤਿਗੁਰੂ ਨੇ ਭਾਈ ਮਦਨ ਸਿੰਘ ਦਾ ਡਰ ਵੀ ਦੂਰ ਕਰਨਾ ਹੈ। ਹੁਣ ਭਾਈ ਮਦਨ ਸਿੰਘ ਸਾਹਮਣੇ ਰਹਿ ਗਿਆ, ਪੰਮਾ ਪ੍ਰੋਤ ਵਿੱਚੋਂ ਨਿਕਲ ਗਿਆ ਹੋਇਆ, ਅਤੇ ਸਤਿਗੁਰੂ ਨੇ ਆਖਿਆ ਘੋੜੇ ਦੀ ਸੇਵਾ ਕਰ, ਹੋਵੇਗੀ ਸੋ ਜਰ, ਸਿੱਖਾ ਚਿੰਤਾ ਨਾ ਕਰ, ਚੁੱਪ ਕਰ ਸਮਾਂ ਸਰ, ਗੁਰੂ ਕਾ ਕਰ ਰਾਖਾ ਸਾਚਾ ਸਤਿਗੁਰ। ਬਿਲਕੁਲ ਜੀ, ਹਾਂਜੀ, ਸਤਿਗੁਰ ਨੇ ਬਚਨ ਨੂੰ ਕਹਿਆ
ਕਿ ਤੂੰ ਜਿੱਦਾਂ ਸੇਵਾ ਕਰਦਾ ਆ ਤੈਨੂੰ ਸੇਵਾ ਤੇ ਲਾ, ਸੇਵਾ ਕਰੀ ਜਾ, ਇੱਦਾਂ ਮਨ ਨੂੰ ਟਿਕਾ ਕੇ ਰੱਖ, ਜੋ ਤਾਕਤ ਇੱਕੋ ਆ ਗਈ ਉਹਨੂੰ ਜਰਨ ਦੀ ਕੋਸ਼ਿਸ਼ ਕਰ, ਉਹਨੂੰ ਜਰ। ਸਤਿਗੁਰੂ ਦੇ ਕੋਲ ਸੇਵਾ ਕਰਦਾ ਤੇ ਕੋ ਤਾਕਤ, ਤੂੰ ਜਾਣ ਸਤਿਗੁਰੂ ਕੋਲ ਕਿੰਨੀ ਤਾਕਤ ਹੋਏਗੀ। ਚਿੰਤਾ ਨਾ ਕਰ, ਚੁੱਪ ਕਾ ਸਮਾਂ ਸਰ, ਆਪਣੇ ਆਪ ਨੂੰ ਚੁੱਪ ਦੇ ਵਿੱਚ ਸੰਭਾਲ ਕੇ ਰੱਖ, ਆਪਣੇ ਅੰਦਰਲੇ ਨੂੰ ਸੰਭਾਲ ਕੇ ਰੱਖ। ਗੁਰੂ ਕਾ ਘਰ ਰੱਖ ਆ ਸੱਚਾ ਸਤਿਗੁਰੂ, ਇਹ ਤਾਂ ਸਾਰੇ ਦਾ ਰੱਖ, ਜਿਹੜਾ ਸੱਚਾ ਸਤਿਗੁਰੂ ਗੁਰੂ ਨਾਨਕ ਦੇਵ ਆ, ਇਹ ਗੁਰੂ ਦੇ ਘਰ ਦਾ ਰੱਖ ਆ। ਇਹ ਬਚਨ ਬਲਾਸ ਕਰਕੇ ਸਤਿਗੁਰ ਨੇ ਰਵਾਲ ਸਰਲ ਨੂੰ ਚੱਲ ਪਿਆ ਮੈਂ ਸਮਾਂ। ਬਿਲਕੁਲ ਜੀ, ਹਾਂਜੀ ਬਿਲਕੁਲ ਜੀ ਵੀਰ ਜੀ, ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ। ਜਿਸ ਪਿਆਰ ਅਤੇ ਜਿਸ ਸਤਿਕਾਰ ਦੇ ਨਾਲ ਵੀਰ ਜੀ ਗੱਲ ਦੱਸ ਰਹੇ ਸੀ, ਦਿਲ ਕਰਦਾ ਸੀ ਹੋਰ ਵੀ ਅਸੀਂ ਬਚਨ ਸੁਣੀਏ, ਪਰ ਵਕਤ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਅਸੀਂ ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਉਸ ਸਮੇਂ ਵਿੱਚ ਅਸੀਂ ਪਹੁੰਚ ਗਏ ਜਿਸ ਸਮੇਂ ਦੀ ਇਹ ਘਟਨਾ ਵਾਪਰ ਰਹੀ ਆ, ਪਰ ਅਗਲੇ ਐਪੀਸੋਡ ਵਿੱਚ ਜਿੱਥੋਂ ਅਸੀਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਉੱਥੋਂ ਹੀ ਸ਼ੁਰੂਆਤ ਕਰਾਂਗੇ। ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸੇਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂ, ਨਾ ਡਰੂ ਔਰ ਸੋ ਜਬ ਜਾਏ ਲੜੂ, ਨਿਸ਼ਚੇ ਕਰ ਆਪਣੀ ਜੀਤ ਕਰੂੰ।